ਇੱਕ ਪਾਸੇ ਤਾਂ ਸ਼ਹੀਦੀ ਜੋੜ ਮੇਲਾ ਚੱਲਦਾ ਪਿਆ ਜਿਸ ਨੂੰ ਲੈ ਕੇ ਸੰਗਤਾਂ ਅੱਤ ਭਾਵੁਕ ਨੇ, ਪਰ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਅਜੇ ਵੀ ਉਸੇ ਤਰ੍ਹਾਂ ਹਵਾ ਦੇ ਵਿੱਚ ਝੂਲਦਾ ਪਿਆ। ਬੰਦੀ ਸਿੰਘ ਕਦ ਰਿਹਾ ਹੋਣਗੇ, ਕਦੋਂ ਉਹਨਾਂ ਦੀ ਰਿਹਾਈ ਹੋਵੇਗੀ, ਔਰ ਖਾਸ ਕਰਕੇ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਜਿਹੜਾ ਕਿ ਲੰਘੇ ਕੁਝ ਦਿਨਾਂ ਦੇ ਵਿੱਚ ਕਾਫੀ ਉਭਾਰਿਆ ਗਿਆ, ਇਸ ਨੂੰ ਲੈ ਕੇ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਭਰ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਚਰਚਾਵਾਂ ਵਿੱਢੀਆਂ ਗਈਆਂ ਨੇ, ਕੀਤੀਆਂ ਗਈਆਂ ਨੇ। ਇਸ ਨੂੰ ਲੈ ਕੇ ਸੰਸਦ ਤੱਕ ਪਹੁੰਚ ਹੋਈ ਹੈ, ਸੰਸਦ ਦੇ ਅੰਦਰ ਇਸ ਮਾਮਲੇ ਨੂੰ ਵਿਚਾਰਿਆ ਗਿਆ, ਭਾਵੇਂ ਕਿ ਹਰਸਿਮਰਤ ਕੌਰ ਬਾਦਲ ਦੇ ਬਿਆਨ ਦੇ ਉਲਟ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਸਾਹਮਣੇ ਆਇਆ ਸੀ ਨਵੇਂ ਤਿੰਨ ਬਿੱਲਾਂ ਦੇ ਉੱਤੇ ਚਰਚਾ ਕਰਦੇ ਹੋਏ, ਪਰ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੁਣ ਵਿਵਾਦ ਹੋਰ ਵੀ ਤੇਜ਼ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਚਮਕੌਰ ਸਾਹਿਬ ਪਹੁੰਚ ਕੇ ਨਤਮਸਤਕ ਹੋਣ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਵੱਡੇ ਖੁਲਾਸੇ ਕਰ ਦਿੱਤੇ ਨੇ ਔਰ ਐਲਾਨ ਕਰ ਦਿੱਤੇ ਨੇ। ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਆ ਕਿ ਇੱਕ ਪਾਸੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵੱਲੋਂ 5 ਮੈਂਬਰੀ ਕਮੇਟੀ ਬਣਾਈ ਗਈ ਹੈ ਔਰ ਇਸ ਕਮੇਟੀ ਦੀ ਅਗਵਾਈ ਦੇ ਹੇਠ ਸੁਖਬੀਰ ਸਿੰਘ ਬਾਦਲ ਅਤੇ ਪੂਰਾ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਜਿਹੜਾ ਆ ਉਹ ਪਰਜ਼ੋਰ ਤਰੀਕੇ ਦੇ ਨਾਲ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੇਗਾ ਔਰ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਪਰਜ਼ੋਰ ਤਰੀਕੇ ਦੇ ਨਾਲ ਆਵਾਜ਼ ਚੱਕੇਗਾ। ਬਲਵੰਤ ਸਿੰਘ ਰਾਜੋਆਣਾ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਸਾਫ਼ ਕਿਹਾ ਹੈ ਕਿ ਉਸ ਵੇਲੇ ਜਦੋਂ ਇਹ ਸਭ ਕੁਝ ਕੀਤਾ ਗਿਆ ਸੀ, ਜਦੋਂ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਕੋਈ ਜੁਰਮ ਕੀਤਾ ਆ, ਉਹ ਇਮੋਸ਼ਨਲ ਸੈਂਸ ਦੇ ਵਿੱਚ ਉਹਨਾਂ ਨੇ ਉਹ ਸਾਰਾ ਕੁਝ ਕੀਤਾ, ਪਰ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਮਿਲ ਗਈ। ਸਜ਼ਾ ਮਿਲਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ, ਪਰ ਉਸ ਮਾਮਲੇ ਨੂੰ ਲੈ ਕੇ ਸਾਫ਼ ਤੌਰ 'ਤੇ ਕਹਿੰਦੇ ਨੇ ਕਿ ਸਜ਼ਾ ਪੂਰੀ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ। ਇੱਕ ਪਾਸੇ ਬਲਵੰਤ ਸਿੰਘ ਰਾਜੋਆਣਾ ਦੀ ਅਜੇ ਤੱਕ ਮਰਸੀ ਪਟੀਸ਼ਨ 'ਤੇ ਸੁਣਵਾਈ ਨਹੀਂ ਹੋ ਸਕੀ, ਅਜੇ ਤੱਕ ਉਹਨਾਂ ਦੀ ਫਾਂਸੀ ਜਾਂ ਉਮਰ ਕੈਦ ਵਿੱਚ ਵਿਚਾਲੇ ਲਟਕਦੀ ਪਈ ਹੈ। ਬਾਕੀ ਬੰਦੀ ਸਿੰਘ ਵੀ ਇਸੇ ਤਰ੍ਹਾਂ ਵਿੱਚ ਵਿਚਾਲੇ ਲਟਕੇ ਹੋਏ ਨੇ, ਉਹਨਾਂ ਨੂੰ ਲੈ ਕੇ ਵੀ ਅਜੇ ਤੱਕ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ, ਨਾ ਰਿਹਾਈ ਦੇ ਨਾ ਹੀ ਕੋਈ ਅਗਲੀ ਸੁਣਵਾਈ ਜਿਹੜੀ ਹੋਈ ਹੈ। ਇਸੇ ਵਾਸਤੇ ਸੁਖਬੀਰ ਸਿੰਘ ਬਾਦਲ ਨੇ ਸਾਫ਼ ਤੌਰ ਦੇ ਉੱਤੇ ਇਸ ਮਾਮਲੇ ਨੂੰ ਉਭਾਰਦਿਆਂ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਆਪਣੇ ਹੱਥ ਦੇ ਵਿੱਚ ਇਸ ਮਾਮਲੇ ਨੂੰ ਲਵੇਗੀ। ਖੈਰ, ਇੱਥੇ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਔਰ ਚੋਣਾਂ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਜ਼ਰੂਰ ਕਿਤੇ ਨਾ ਕਿਤੇ ਸਵਾਲ ਵੀ ਖੜ੍ਹੇ ਕਰਦਾ। ਪਰ ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਹੀ ਮਾਮਲਾ ਆਇਆ ਤਾਂ ਕਿਤੇ ਨਾ ਕਿਤੇ ਪੰਥ ਇਹ ਵੀ ਸੋਚਦਾ ਆ ਕਿ ਜੇ ਸੁਖਬੀਰ ਸਿੰਘ ਬਾਦਲ ਦੇ ਹੱਥੋਂ ਹੀ ਹੋਵੇ ਤਾਂ ਸਹੀ। ਖੈਰ, ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਇਹ ਵਕਤ ਦੀ ਗੱਲ ਹੈ, ਪਰ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਆਪਣੇ ਬਿਆਨ ਦੇ ਬਾਰੇ 'ਚ ਤੁਸੀਂ ਕੀ ਸੋਚਦੇ ਹੋ ਸੁਣਨ ਤੋਂ ਬਾਅਦ ਕਮੈਂਟਸ ਵਿੱਚ ਜ਼ਰੂਰ ਦੱਸਣਾ। ਹਰ ਸਾਲ ਮਗਰੋਂ ਸਿੱਖ ਕੌਮ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ, ਸੀਸ ਝੁਕਾਉਣ ਵਾਸਤੇ ਲੱਖਾਂ ਦੀ ਗਿਣਤੀ 'ਚ ਸੰਗਤ ਇੱਥੇ ਇਕੱਠੀ ਹੁੰਦੀ ਹੈ। ਆ ਜਿਹੜੇ ਦਿਨ ਹੈ ਬੜੇ ਸਿੱਖ ਕੌਮ ਵਾਸਤੇ ਬੜੇ ਦੁੱਖ ਦੇ ਦਿਨ ਹੈ। ਤੋ ਅਸੀਂ ਵੀ ਅੱਜ ਐਜ਼ ਪਾਰਟੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਹਰ ਸਾਲ ਵਾਂਗੂ ਅੱਜ ਚਮਕੌਰ ਸਾਹਿਬ ਆਏ ਹਾਂ ਸੀਸ ਝੁਕਾਉਣ ਵਾਸਤੇ। ਅਤੇ ਮੈਂ ਤਾਂ ਬੇਨਤੀ ਕਰਦਾ ਸਾਰੀ ਕੌਮ ਨੂੰ ਕਿ ਆਹ ਦਿਨਾਂ 'ਚ ਆਪਾਂ ਸ਼ਹਾਦਤ ਜੋ ਹੋਈ ਹੈ ਉਹ ਆਪਾਂ ਅਰਦਾਸ ਬੇਨਤੀਆਂ ਕਰੀਏ ਕਿ ਕੌਮ ਨੂੰ ਬਲ ਬਖਸ਼ਣ। ਜਿਹੜੀ ਸਿੱਖ ਕੌਮ ਹੈ ਇੱਕ ਛੋਟੀ ਨਵੀਂ ਕੌਮ ਹੈ, ਗਿਣਤੀ 'ਚ ਆਪਾਂ ਭਾਵੇਂ ਘੱਟ ਹੈ ਪਰ ਗੁਰੂ ਮਹਾਰਾਜ ਦੀ ਇੰਨੀ ਬਖਸ਼ਿਸ਼ ਹੈ ਕਿ ਜਿੱਥੇ ਵੀ ਆਪਾਂ ਵਸੇ ਹਾਂ ਆਪਾਂ ਚੜ੍ਹਦੀ ਕਲਾ 'ਚ ਹੈ, ਮਿਹਨਤ ਕਰਕੇ ਆਪਾਂ ਆਪਣਾ ਵੀ ਨਾਂ ਕਮਾਇਆ ਅਤੇ ਕੌਮ ਦਾ ਵੀ ਨਾਮ ਰੋਸ਼ਨ ਕੀਤਾ। ਸੋ ਸ਼੍ਰੋਮਣੀ ਅਕਾਲੀ ਦਲ ਜੋ ਇੱਕ ਕੌਮ ਦੀ ਇੱਕ ਆਵਾਜ਼ ਹੈ, ਕੌਮ ਦਾ ਇੱਕ ਸੁਪਨਾ ਹੈ, ਕੌਮ ਦੀ ਇੱਕ ਜਾਨ ਹੈ,
ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀ ਨਹੀਂ ਕਹਿ ਸਕਦੇ, ਆਹ ਤਾਂ ਪੰਜਾਬੀਆਂ ਦੀ ਕੌਮ ਦੀ ਇੱਕ ਸੋਚ ਹੈ। ਸ਼੍ਰੋਮਣੀ ਅਕਾਲੀ ਦਲ ਦੀ ਤਕੜਾ ਹੋਣਾ ਕੌਮ ਵਾਸਤੇ, ਪੰਜਾਬੀਆਂ ਵਾਸਤੇ ਬਹੁਤ ਜ਼ਰੂਰੀ ਹੈ। ਝੰਜਰ ਸਾਹਿਬ ਨੂੰ ਅਤੇ ਉਹਨਾਂ ਦੀ ਟੀਮ ਜੋ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਹੈ, ਮੈਂ ਉਹਨਾਂ ਨੂੰ ਬਹੁਤ ਵਧਾਈ ਦਿੰਦਾ। ਜਦੋਂ ਦੇ ਉਹ ਪ੍ਰਧਾਨ ਬਣੇ ਹੈ, ਦਿਨ ਰਾਤ ਉਹ ਅਤੇ ਉਹਨਾਂ ਦੀ ਟੀਮ ਮਿਹਨਤ ਕਰ ਰਹੀ ਹੈ ਨੌਜਵਾਨਾਂ ਨੂੰ ਦਸਤਾਰ ਨਾਲ ਜੋੜਨਾ, ਨੌਜਵਾਨਾਂ ਕਿਉਂਕਿ ਦਸਤਾਰ ਆਪਣੀ ਸ਼ਾਨ ਹੈ, ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ, ਸਿੱਖੀ ਦੇ ਸਿਧਾਂਤਾਂ ਨਾਲ ਜੋੜਨਾ। ਅਤੇ ਜੈਜੀ ਮੂਵਮੈਂਟ ਉਹਨਾਂ ਨੇ ਖੜੀ ਕੀਤੀ ਹੈ, ਮੈਨੂੰ ਬੜਾ ਮਾਣ ਹੈ ਕਿ ਐਜ਼ ਅਕਾਲੀ ਦਲ ਪ੍ਰੈਜੀਡੈਂਟ ਮੈਂ ਉਹਨਾਂ ਨੂੰ ਵਧਾਈ ਵੀ ਦੇਣਾ ਚਾਹੁੰਦਾ। ਅਤੇ ਮੈਂ ਚਾਹੁੰਦਾ ਕਿ ਆਹ ਮੂਵਮੈਂਟ ਹਰ ਜਗ੍ਹਾ 'ਤੇ ਅੱਜ ਮੂਵਮੈਂਟ ਜਾਏ, ਹਰ ਜ਼ਿਲ੍ਹੇ 'ਚ, ਹਰ ਤਹਿਸੀਲ 'ਚ, ਹਰ ਬਲਾਕ 'ਚ, ਹਰ ਪਿੰਡ 'ਚ ਆਹ ਜਿਹੜੀ ਆਪਣੀ ਮੂਵਮੈਂਟ ਸ਼ੁਰੂ ਕੀਤੀ ਹੈ ਦਸਤਾਰ ਦੀ, ਆਹ ਆਪਾਂ ਨੂੰ ਲਾਗੂ ਕਰਨੀ ਚਾਹੀਦੀ ਹੈ। ਬਹੁਤ ਨੌਜਵਾਨ ਇਹ ਜਿਹੇ ਜਿਨ੍ਹਾਂ ਨੇ ਪਹਿਲੀ ਵਾਰ ਅੱਜ ਦਸਤਾਰ ਸਜਾਈ ਹੈ, ਤੇ ਦਸਤਾਰ ਦੀ ਅਹਿਮੀਅਤ ਸਮਝ ਆਈ ਹੈ, ਉਹਨਾਂ ਨੂੰ ਦਸਤਾਰ ਦੀ ਅਹਿਮੀਅਤ ਕੀ ਹੈ, ਕੀ ਲੱਗਦਾ ਵੀ ਅਜਿਹੀ ਗਰਾਊਂਡ ਲੈਵਲ ਉੱਤੇ ਜਾ ਕੇ ਦੇਖੋ ਛੋਟੇ ਸਾਹਿਬਜ਼ਾਦਾ ਨੇ ਇਸ ਦਸਤਾਰ ਕਰਕੇ ਹੀ ਆਪਣੀ ਜਾਨ ਸ਼ਹਾਦਤ ਦਿੱਤੀ ਹੈ ਨਾ, ਆਪਣੇ ਗੁਰੂਆਂ ਨੇ ਜੋ ਆਪਣੀ ਦਸਤਾਰ ਦਿੱਤੀ, ਆਪਣੀ ਪਹਿਚਾਣ ਹੈ, ਕੌਮ ਦੀ ਪਹਿਚਾਣ ਹੈ। ਅਤੇ ਆ ਦਸਤਾਰ ਆਪਾਂ ਨੂੰ ਤਾਕਤ ਦਿੰਦੀ ਹੈ, ਆਪਾਂ ਨੂੰ ਪਛਾਣ ਦਿੰਦੀ ਹੈ, ਸਾਰਾ ਕੁਛ ਆਪਣਾ ਦਸਤਾਰ ਹੈ। ਤੋ ਇਸ ਕਰਕੇ ਆਹ ਮੂਵਮੈਂਟ ਆਪਾਂ ਨੂੰ ਘਰ ਘਰ ਤੱਕ ਲੈ ਕੇ ਜਾਣੀ ਚਾਹੀਦੀ। ਸਰ ਅਮਿਤ ਸ਼ਾਹ ਦੇ ਬਿਆਨ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ, ਜਿਸ ਤਰੀਕੇ ਨਾਲ ਗਾਂਧੀ ਜੀ ਦੇ ਬਾਰੇ? ਦੇਖੋ ਜਿਹੜਾ ਬਿਆਨ ਦਿੱਤਾ ਗਿਆ, ਮੈਂ ਉਹਦੇ ਬਾਰੇ ਕਰਨਾ ਚਾਹੁੰਦਾ ਹੈ। ਕਾਨੂੰਨ ਆ ਕਹਿੰਦਾ ਕਿ ਜੇ ਕਿਸੇ ਦਾ ਹੁਣ ਦਿੱਲੀ 'ਚ ਕਤਲੇਆਮ ਹੋਏ, 84 ਦੇ ਅੰਦਰ ਕਤਲੇਆਮ ਹੋਣ, ਕਾਨੂੰਨ ਕੀ ਕਹਿੰਦਾ ਕਿ ਉਹ ਦੋਸ਼ੀਆਂ ਨੂੰ ਫੜਿਆ ਜਾਏ ਅਤੇ ਦੋਸ਼ੀਆਂ ਨੂੰ ਅੰਦਰ ਕੀਤਾ ਜਾਏ। ਲੱਖਾਂ ਲੋਕ ਮਾਰੇ ਗਏ, ਹਾਲੇ ਤੱਕ ਕੋਈ ਵੀ ਬੰਦਾ ਫੜਿਆ ਨਹੀਂ ਗਿਆ। ਹਰ ਰੋਜ਼ ਇਹ ਜਿਹੇ ਘਟਨਾ ਹੋ ਰਹੀਆਂ, ਆਪਣੇ ਗੁਰੂ ਘਰਾਂ 'ਤੇ ਹਮਲੇ ਹੋ ਰਹੇ ਹੈ। ਜਿਹੜੀ ਆਹ ਗੱਲ ਕਰ ਰਹੇ ਅਸੀਂ ਕਰ ਰਹੇ ਹਾਂ, ਅਸੀਂ ਇਨਸਾਫ ਦੀ, ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ। ਜਿਨ੍ਹਾਂ ਨੇ ਉਸ ਸਮੇਂ 'ਚ ਆ ਕੇ ਇਮੋਸ਼ਨਲ ਹੋ ਕੇ ਲੋਕਾਂ ਨੇ, ਕਿਉਂਕਿ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ, ਹਜ਼ਾਰਾਂ ਲੱਖਾਂ ਭੈਣ ਭਰਾਵਾਂ 'ਤੇ ਨੂੰ ਕਤਲ ਕੀਤਾ ਗਿਆ, ਆਪਣੇ ਆਪਣੇ ਪਿਓ ਮਾਂ ਸਾਹਮਣੇ ਮਾਰੇ ਗਏ, ਉਹਨਾਂ 'ਚ ਇੱਕ ਇਮੋਸ਼ਨ ਜਾਗੇ। ਜਦ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ ਤਾਂ ਇਮੋਸ਼ਨ ਤਾਂ ਜਾਗਣੇ ਜਾਗਣੇ ਆ। ਤਾਂ ਜਦੋਂ ਇਮੋਸ਼ਨ ਜਾਗ ਗਏ ਅਤੇ ਲੋਕਾਂ ਨੇ ਕਦਮ ਚੁੱਕੇ, ਉਹ ਜਿਹੜੇ ਲੋਕ ਹੈ ਉਹ ਕਹਿ ਰਹੇ ਆ ਅਸੀਂ ਕਦਮ ਚੁੱਕੇ ਹੈ, ਅਸੀਂ ਉਹਦੀਆਂ ਸਜ਼ਾ ਵੀ ਪੂਰੀ ਕਰ ਲਈਆਂ। ਜੇ ਕੋਈ ਇੱਥੇ ਕਤਲ ਦੀ ਸਜ਼ਾ ਉਮਰ ਕੈਦ ਹੈ, ਉਮਰ ਕੈਦ ਜੋ ਆਪਣੇ ਪੰਜਾਬ 'ਚ ਹੈ 15 ਸਾਲ ਹੈ, ਇੱਥੇ ਤਾਂ 28 ਸਾਲ ਹੋ ਗਏ। ਸੋ ਆਹ ਤਾਂ ਆਪਣੇ ਇਨਸਾਫ ਦੀ ਗੱਲ ਕਰ ਰਹੇ ਹਾਂ, ਅਸੀਂ ਜੋ ਗੱਲ ਕਰ ਰਹੇ ਹਾਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ, ਇਨਸਾਫ ਦੀ ਗੱਲ ਕਰ ਰਹੇ ਹਾਂ, ਭਾਵ ਐਨ ਕੌਮ ਦੀ ਭਾਵਨਾ ਦੀ ਕੰਮ ਕਰ ਰਹੇ ਹਾਂ। ਐ ਨਹੀਂ ਹੋ ਸਕਦਾ ਕਿ ਇੰਦਰਾ ਆਪਣਾ ਰਾਜੀਵ ਗਾਂਧੀ ਦੇ ਕਾਤਲ, ਉਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸੀ, ਉਹਨੂੰ ਤਾਂ ਛੱਡ ਦਿੱਤਾ ਜਾਂਦਾ। ਤੇ ਇੱਥੇ ਜਿਨ੍ਹਾਂ ਨੇ ਸਜ਼ਾ ਕੱਟ ਲਈ, ਜਿਨ੍ਹਾਂ ਨੇ 28 ਸਾਲ ਸਜ਼ਾ ਕੱਟ ਲਈ, ਕਾਲ ਕੋਠੀ ਜਿੱਥੇ ਸਜ਼ਾ, ਉਹਨਾਂ ਨੂੰ ਨਹੀਂ ਕੀਤਾ। ਤੋ ਇਸ ਕਰਕੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਕਿ ਆ ਭਾਵਨਾ ਨੂੰ ਕੌਮ ਦੀ ਸਮਝਣ ਅਤੇ ਭਾਵਨਾ ਨੂੰ ਸਮਝ ਕੇ ਹੀ ਫੈਸਲਾ ਲਿੱਤਾ ਜਾਏ। ਫੋਰ ਐਗਜ਼ਾਮਪਲ ਮੈਂ ਦੱਸਾਂ, ਕਈ ਵਾਰ ਆਪਾਂ ਨੈਸ਼ਨਲ ਹਾਈਵੇ ਬਲੋਕ ਕਰ ਲੈਂਦੇ ਹਾਂ,
ਨੈਸ਼ਨਲ ਹਾਈਵੇ ਲੋਕੀ ਮੋਸ਼ਨ ਆ ਜਾਂਦੇ, ਕੋਈ ਹਾਦਸਾ ਹੁੰਦਾ ਨੈਸ਼ਨਲ ਹਾਈਵੇ ਬਲੋਕ ਕਰ ਲੈਂਦੇ ਆ, ਬਲੋਕ ਕਰਨ ਦਾ ਮਤਲਬ ਤੁਸੀਂ ਉਹਦੇ ਪਰਚਾ ਹੋਊਗਾ। ਆਪਾਂ ਪਰਚਾ ਨਹੀਂ ਦਿੰਦੇ, ਸਰਕਾਰ ਨਹੀਂ ਦਿੰਦੀ ਪਰਚਾ, ਕਿਉਂ? ਉਹ ਦੇਖਦੇ ਆ ਕਿ ਹਾਲਾਤ ਦੇਖਦੇ ਕਿ ਮੋਸ਼ਨਸ ਕਰਕੇ ਹੋਇਆ, ਇਸ ਕਰਕੇ ਉਹ ਨਹੀਂ ਦਿੰਦੇ। ਤੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਨੂੰ ਕਿ ਸਿੱਖ ਕੌਮ ਦੀ ਭਾਵਨਾ ਸਮਝ ਕੇ ਫੈਸਲਾ ਕਰਨ। ਥੱਲੇ ਕਮੇਟੀ ਬਣੀ ਹੈ, ਉਹ ਆਪਣੇ ਜੋ ਕਮੇਟੀ ਫੈਸਲਾ ਕਰਦੀ ਰਹੂਗੀ ਸਹੀ ਟਾਈਮ 'ਤੇ, ਜੋ ਉਹ ਜਿਸ ਤਰ੍ਹਾਂ ਫੈਸਲਾ ਕਰੂਗੀ ਜਾਂ ਜੋ ਆਦੇਸ਼ ਦੇਊਗੀ, ਅਸੀਂ ਉਹਦੇ ਬਹੁਤ ਕੇਜਰੀਵਾਲ ਈਡੀ ਕੋਲ ਬਾਰ ਬਾਰ ਬੁਲਾਉਣ ਦੇ ਬਾਵਜੂਦ ਨਹੀਂ ਜਾ ਰਹੇ, ਬਹਾਨਾ ਕੋਈ ਨਾ ਕੋਈ ਘੜ ਰਹੇ ਨੇ, ਜਦਕਿ ਬਿਕਰਮਜੀਤ ਮਜੀਠੀਆ ਨੂੰ ਦੁਬਾਰਾ ਨੋਟਿਸ। ਦੇਖੋ ਜਿਵੇਂ ਲੁਕਦਾ ਫਿਰਦਾ ਨਾ ਬੰਦਾ, ਜਿਹੜਾ ਦੋਸ਼ੀ ਹੋਏ, ਜਿਹਨੂੰ ਡਰ ਹੋਏ ਕਿ ਮੈਨੂੰ ਫੜਿਆ ਨਾ ਜਾਏ, ਜਿਹਦੇ ਮਨ 'ਚ ਚੋਰੀ ਹੋਏ ਨਾ, ਉਹੀ ਭੱਜਦਾ। ਉਹ ਜਾਣ ਕੇ ਭੱਜਦਾ ਕਿ ਮੈਂ ਪੰਜਾਬ 'ਚ ਮੈਂ ਜਾਮ ਭੱਜ ਗਿਆ, ਕਿਉਂ ਮੇਰੀ ਇੱਥੇ ਸਰਕਾਰ ਆ, ਮੇਰੀ ਪੁਲਿਸ ਆ, ਮੈਨੂੰ ਬਚਾ ਲੂਗੀ। ਜੇ ਹਿੰਮਤ ਹੈ ਤਾਂ ਜਾਏ ਈਡੀ ਕੋਲੇ, ਵੱਧ ਤੋਂ ਵੱਧ ਕੀ ਆ, ਦੋ ਦਿਨ ਰੱਖ ਲੈਣਗੇ। ਮੇਰੇ 'ਤੇ ਵੀ ਝੂਠਾ ਕੇਸ ਕੀਤਾ ਸੀ, ਮੇਰੇ ਫਾਦਰ 'ਤੇ ਵੀ ਝੂਠਾ ਕੇਸ ਕੀਤਾ ਸੀ, ਭੱਜੇ ਸੀ। ਅਸੀਂ ਸਿੱਧੇ ਗਏ ਕੋਰਟ 'ਚ ਗਏ, ਅਸੀਂ ਤਾਂ ਗਏ ਪੇਸ਼ ਹੋਏ, ਸਾਨੂੰ ਭਾਵੇਂ ਉਹਨਾਂ ਨੇ ਟੈਂਪਰਰੀ ਦੋ ਹਫ਼ਤਾ ਦਸ ਦਿਨ ਜੇਲ੍ਹ ਭੇਜਤਾ, ਚਲੇ ਗਏ। ਪਰ ਇਨਸਾਫ਼, ਸਾਨੂੰ ਕਾਨੂੰਨ 'ਤੇ ਵਿਸ਼ਵਾਸ ਸੀ, ਦੇਸ਼ ਦੀ ਅਦਾਲਤ ਨੇ ਸਾਡੇ ਹੱਕ 'ਚ ਫੈਸਲਾ ਦਿੱਤਾ, ਡਰਦੇ ਕਿਉਂ ਹੈ? ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।